ਗਦਰ ਸ਼ਾਮਿਲ ਕਰਵਾਉਣ, ਗਦਰ ਅਖਬਾਰ ਦੇ ਐਡੀਟਰ ਲਾਲਾ ਦੇ ਹਰਦਿਆਲ ਨੂੰ ਲੱਭਦੇ ਪਾਰਟੀ ਦੇ ਦਫ਼ਤਰੀ ਯੁਗਾਂਤਰ ਹੈ। ਸਾਡਾ ਇਹੀ ਟਾਈਮ ਆ ਤੇ ਸਾਨੂੰ ਹੁਣ ਜੋ ਵੀ ਕਰਨਾ ਬਸ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ।
ਸਹੀ ਗੱਲ ਹੈ, ਸਾਡੇ ਖੂਨ ਦਾ ਕਤਰਾ ਕਤਰਾ ਆਜ਼ਾਦੀ ਲਈ ਡੁੱਲਣ ਨੂੰ ਤਾਲਾ ਪੈ ਰਿਹਾ ਹੈ। ਇਹ ਆਜ਼ਾਦੀ ਦੀ ਹਵਾ ਬਿਨਾਂ ਕੁਰਬਾਨੀਆਂ ਤੋਂ ਨਹੀਂ ਮਾਣੀ ਜਾਣੀ। ਚਲੋ ਉੱਠੋ ਸ਼ੇਰੋ, ਰੰਗੀਆਂ ਦੀਆਂ ਧੱਜੀਆਂ ਉਡਾਈਏ। ਜਿੰਦ ਦੇ ਬਹਾਦਰੋ ਕਿਉਂ ਬੈਠੇ ਚੁੱਪ ਜੀ, ਅੱਗ ਲੱਗੀ ਦੇਸ ਨਾ ਸਹਾਰੋ ਧੁੱਪ ਜੀ, ਸਿਰ ਦਿੱਤੇ ਬਾਜ ਨਹੀਂ ਉਹ ਕੰਮ ਸਰਨਾ, ਯੁੱਧ ਵਿੱਚ ਪਊਗਾ ਜ਼ਰੂਰ ਮਰਨਾ। ਮਾਰੋ ਸ਼ੇਰ ਮਾਰੋ ਲਲਕਾਰ ਸ਼ੇਰਾਂ ਵਾਂਗੂ ਗੱਜ ਕੇ, ਬਣੀ ਸਿਰ ਸ਼ੇਰਾਂ ਦੇ ਕਿ ਜਾਣਾ ਭੱਜ ਕੇ। ਅਸੀਂ ਲੜਾਂਗੇ ਸਾਥੀ, ਅਸੀਂ ਮਾਰਾਂਗੇ ਸਾਥੀ, ਅਸੀਂ ਲੜਾਂਗੇ ਸਾਥੀ। ਵਾਹ ਸਾਥੀਓ, ਮੈਨੂੰ ਤੁਹਾਡੇ ਵਿੱਚ ਇਹ ਜਜ਼ਬਾ ਵੇਖ ਕੇ ਬਹੁਤ ਖੁਸ਼ੀ ਹੋਈ। ਅੱਜ ਵਿਦੇਸ਼ਾਂ ਵਿੱਚ ਵੀ ਗਦਰ ਦਾ ਆਰੰਭ ਹੋ ਚੁੱਕਾ ਹੈ ਤੇ ਇਹ ਗਦਰ ਸਾਡੀ ਸਰਜ਼ਮੀਨ ਉੱਤੇ ਫਰੰਗੀਆਂ ਵਿਰੁੱਧ ਜੰਗ ਹੈ। ਜੰਗ ਸਾਡਾ ਨਾਮ ਕੀ ਹੈ? ਗਦਰ। ਸਾਡਾ ਕੰਮ ਕੀ ਹੈ? ਗਦਰ। ਗਦਰ ਕਿੱਥੇ ਹੋਏਗਾ? ਭਾਰਤ ਵਿੱਚ। ਆਓ ਸਾਥੀਓ, ਭਾਰਤ ਕੁਝ ਕਰੀਏ। ਸਾਥੀਓ, ਹੁਣ ਉਹ ਸਮਾਂ ਆ ਚੁੱਕਾ ਜਦੋਂ ਸਾਡੇ ਹੱਥਾਂ ਵਿੱਚ ਪਹਿਲਾਂ ਦੀ ਥਾਂ ਤੇ ਪਸਤੌਲ ਹੋਏਗਾ ਤੇ ਸ਼ਾਹੀ ਦੀ ਜਗ੍ਹਾ ਖੂਨ ਹੋਏਗਾ ਖੂਨ। ਸੋ ਅਸੀਂ ਕੀ ਕਹਿ ਚਾਹੁੰਦੇ ਹਾਂ? ਚਲੋ ਭਾਰਤ ਕੁਝ ਕਰਨ ਚੱਲੀਏ। ਅਸੀਂ ਲੈ ਕੇ ਲਾਵਾਂਗੇ ਆਜ਼ਾਦੀ, ਸਾਡਾ ਇੱਕੋ ਸੁਪਨਾ ਆਜ਼ਾਦੀ, ਅਸੀਂ ਹਰ ਕੀਮਤ ਤੇ ਲਾਵਾਂਗੇ ਆਜ਼ਾਦੀ। ਇੱਕ ਪਾਸੇ ਵਿਦੇਸ਼ਾਂ ਤੋਂ ਇਨਕਲਾਬੀਆਂ ਦੇ ਜਹਾਜ਼ ਚਲੇ ਆ ਰਹੇ ਸੀ ਤੇ ਦੂਜੇ ਪਾਸੇ ਅੰਗਰੇਜ਼ੀ ਹਕੂਮਤ ਵੀ ਉਹਨਾਂ ਦੇ ਦੱਸੇ ਪੈੜੇ ਵੱਟਣ ਲੱਗੀ ਹੋਈ ਸੀ। ਸੋਹਣ ਸਿੰਘ ਫਕਨਾ ਤੇ ਹੋਰਨਾਂ ਸੈਂਕੜੇ ਇਨਕਲਾਬੀਆਂ ਜੋ ਗਦਰ ਦੇ ਮਨਸੂਬੇ ਨਾਲ ਭਾਰਤ ਵੱਲ ਕੂਚ ਕਰ ਰਹੇ ਸੀ ਨੂੰ ਜਹਾਜ਼ਾਂ ਵਿੱਚੋਂ ਫੜ ਕੇ ਅਨਿਸ਼ਚਿਤ ਤਰੀਕੇ ਆਪਣੇ ਟਿਕਾਣਿਆਂ ਤੇ ਪਹੁੰਚਣ ਵਿੱਚ ਕਾਮਯਾਬ ਹੋਏ। ਉਹਨਾਂ ਵਿੱਚੋਂ ਕਰਤਾਰ ਸਿੰਘ ਸਰਾਭੇ ਦਾ ਨਾਮ ਸਭ ਤੋਂ ਸਿਰਗੱਠ ਸੀ, ਜਿਸ ਦੀ ਨਿਆਣੀ ਉਮਰ ਉਸਦੇ ਜਜ਼ਬੇ ਨੂੰ ਢਾ ਨਾ ਸਕੀ, ਪਰ ਉਸਦੇ ਲਈ ਗਦਰ ਕਰਵਾਉਣਾ ਇੱਥੇ ਸੌਖਾ ਰਹਿ ਗਿਆ ਸੀ ਕਿਉਂਕਿ ਇੱਕ ਤਾਂ ਲਾਲਾ ਹਰਦਿਆਲ ਦੇ ਜਰਮਨੀ ਚਲੇ ਜਾਣ ਅਤੇ ਸੋਹਣ ਸਿੰਘ ਫਕਨਾ ਦੀ ਗ੍ਰਿਫਤਾਰੀ ਨਾਲ ਗਦਰੀਆਂ ਨੂੰ ਡੂੰਘੀ ਸੱਟ ਵੱਜੀ ਸੀ। ਦੂਜੇ ਪਾਸੇ ਪੈਸਿਆਂ ਦੇ ਹਥਿਆਰਾਂ ਬਿਨਾਂ ਗਦਰ ਬਾਰੇ ਸੋਚਣਾ ਵੀ ਤਾਂ ਬਚਪਨਾ ਸੀ, ਪਰ ਫੌਲਾਦ ਦੇ ਜ਼ੀਰੇ ਵਰਗਾ ਸਰਾਭਾ ਕਿੱਥੇ ਚੁੱਪ ਬੈਠਣ ਵਾਲਾ ਸੀ? ਸਚਿੰਦਰ ਨਾਥ ਸਨਿਆਲ ਤੇ ਵਿਸ਼ਨੂੰ ਗਣੇਸ਼ ਪਿੰਗਲੇ ਦੀ ਮਦਦ ਨਾਲ ਉਹ ਬੰਗਾਲ ਦੇ ਕ੍ਰਾਂਤੀਕਾਰੀ ਰਾਸ ਬਿਹਾਰੀ ਬੋਸ ਦੇ ਸੰਪਰਕ ਵਿੱਚ ਆਏ ਤੇ ਉਸਨੂੰ ਪੰਜਾਬ ਵਿੱਚ ਗਦਰ ਦੀ ਕਮਾਂਡ ਬਣਾਈ। ਕਰਤਾਰ ਸਿੰਘ ਸਰਾਭੇ ਦੇ ਕਹਿਣ ਤੇ ਰਾਸ ਬਿਹਾਰੀ ਬੋਸ ਦੀ ਪ੍ਰਧਾਨਗੀ ਵਿੱਚ ਲਾਹੌਰ ਦੇ ਇੱਕ ਖੁਫੀਆ ਮਕਾਨ ਵਿੱਚ ਇੱਕ ਮੀਟਿੰਗ ਹੋਈ ਜਿਸ ਵਿੱਚ ਗਦਰ ਦੇ ਅਗਲੇ ਪ੍ਰੋਗਰਾਮ ਤੇ ਤਾਰੀਖ ਨਿਸ਼ਚਿਤ ਕੀਤੀ ਗਈ। ਇਹ ਮੀਟਿੰਗ ਗਦਰ ਦੇ ਇਤਿਹਾਸ ਦੀ ਸਭ ਤੋਂ ਅਹਿਮ ਮੀਟਿੰਗ ਮੰਨੀ ਗਈ। ਜੈ ਹਿੰਦ ਦਾਦਾ। ਜੈ ਹਿੰਦ। ਜੈ ਗਦਰ ਸਾਥੀਓ। ਭਾਰਤ ਵਿੱਚ ਆ ਰਹੇ ਗਦਰੀਆਂ ਉੱਤੇ ਅੰਗਰੇਜ਼ ਸਰਕਾਰ ਜਿਹੜੇ ਹਮਲੇ ਕਰਦੀ ਹੈ ਉਹਦੇ ਬਾਰੇ ਤੁਸੀਂ ਜਾਣਦੇ ਹੋ। ਅੰਗਰੇਜ਼ ਸਰਕਾਰ ਜਿਹੜੀ ਆ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਆ ਸਾਨੂੰ ਗਦਰੀਆਂ ਨੂੰ ਇਕੱਲੀ, ਪਰ ਚਲੋ ਇਹ ਨਿਰਾਸ਼ ਹੋਣ ਵਾਲੀ ਬਹੁਤੀ ਗੱਲ ਨਹੀਂ ਹੈਗੀ, ਠੀਕ ਹੈ, ਕਿਉਂਕਿ ਸਾਡੇ ਕਈ ਸੈਂਕੜਾ ਸਾਥੀ ਨੇ ਜਿਹੜੇ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਵੀ ਤਾਂ ਹੋ ਰਹੇ ਨੇ। ਮੈਂ ਆਪਕੇ ਜਜ਼ਬੇ ਕੋ ਸਲਾਮ ਕਰਤਾ ਹੂੰ, ਜੋ ਅੰਗਰੇਜ਼ੀ ਸਰਕਾਰ ਕੀ ਸਖਤੀਓਂ ਕੇ ਬਾਵਜੂਦ ਵੀ ਆਪ ਲੋਗ ਘਬਰਾਏ ਨਹੀਂ, ਪਰ ਇਤਨਾ ਕਾਫੀ ਨਹੀਂ ਹੈ। ਦਾਦਾ, ਹੋਰ ਖਬਰਾਂ ਵੀ ਆ ਰਹੀਆਂ ਨੇ ਕਿ ਅੰਗਰੇਜ਼ ਹਰ ਪਾਸੇ ਤੋਂ ਹਾਰ ਰਹੇ ਨੇ ਤੇ ਫੌਜੀ ਤਬਕੇ ਦਾ ਵੀ ਉਹਨਾਂ ਪ੍ਰਤੀ ਰੋਸ ਵੱਧਦਾ ਜਾ ਰਿਹਾ ਹੈ ਜਿਨ੍ਹਾਂ ਨੂੰ ਜ਼ਬਰਦਸਤੀ ਮੌਤ ਦੇ ਮੂੰਹ ਵਿੱਚ ਭੇਜਣਾ ਚਾਹੁੰਦੇ ਨੇ। ਦੈਟਸ ਵੈਰੀ ਗੁੱਡ ਨਿਊਜ਼ ਫੋਰ ਅਸ, ਫੌਜੀਓਂ ਕੋ ਹਮ ਆਪਣੇ ਸਾਥ ਗਦਰ ਮੇਂ ਸ਼ਾਮਿਲ ਕਰ ਲੇਂਗੇ, ਆਖਿਰ ਉਹ ਵੀ ਤੋ ਹਮਾਰੇ ਭਾਈ ਹੈ। ਜਬ ਅੰਗਰੇਜ਼ੀ ਸਰਕਾਰ ਜੰਗ ਮੇਂ ਵਿਅਸਤ ਰਹੇਗੀ ਤੋ ਹਮਾਰੇ ਲੀਏ ਐਲਾਨੇ ਜੰਗ ਕਰਨਾ ਹੋਰ ਵੀ ਆਸਾਨ ਹੋ ਜਾਏਗਾ। ਦਾਦਾ ਦਾਦਾ, ਕੀ ਗਦਰ ਜਲਦੀ ਹੋਣ ਵਾਲਾ ਹੈ? ਕਾਮ ਕਾਮ ਕਿਰਪਾਲ, ਗਦਰ ਕੀ ਇਤਨੀ ਜਲਦੀ ਕਿਆ ਹੈ, ਪਹਿਲੇ ਹਮ ਨਿਸ਼ਚਿਤ ਕਰ ਲੇ ਗਦਰ ਕਿਤਨੀ ਤਾਰੀਖ ਕੋ ਹੋਗਾ। ਦਾਦਾ, ਸਾਡੇ ਖੂਨ ਦਾ ਹਰ ਕਤਰਾ ਗਦਰ ਨੂੰ ਕਾਮਯਾਬ ਬਣਾਉਣ ਲਈ ਤਿਆਰ ਹੈ, ਤੁਸੀਂ ਬਸ ਇਸ਼ਾਰਾ ਕਰੋ। ਮੈਂ ਆਪਕੇ ਜਜ਼ਬੇ ਕੋ ਸਲਾਮ ਕਰਤਾ ਹੂੰ ਸਰਾਭਾ, ਆਪਕੇ ਇਸੀ ਖੂਨ ਕੀ ਉਬਾਲ ਕੋ ਦੇਖਤੇ ਹੋਏ ਮੈਂ ਵਿਸ਼ਨੂੰ ਔਰ ਸੰਗਿਆਨ ਕੇ ਕਹਿਨੇ ਪਰ ਪੰਜਾਬ ਆਇਆ ਹੂੰ। ਹਮਾਰਾ ਮਕਸਦ ਇੱਕ ਹੈ ਔਰ ਮੰਜ਼ਿਲ ਹੈ ਆਜ਼ਾਦੀ। ਹਮ ਲੋਗ ਆਪਣੇ ਅੰਗਰੇਜ਼ੋਂ ਕੋ ਆਪਣੀ ਪਵਿੱਤਰ ਧਰਤੀ ਸੇ ਉਖਾੜ ਕਰ ਫੈਂਕ ਦੇਂਗੇ, ਪਰ ਉਸਕੇ ਲੀਏ ਹਮੇਂ ਗਦਰ ਕੋ ਕਾਮਯਾਬ ਬਣਾਨੇ ਕੇ ਲੀਏ ਤੀਨ ਚੀਜ਼ੇ ਡਿਸਾਈਡ ਕਰਨੀ ਹੋਂਗੀ। ਉਹ ਕਿਹੜੀਆਂ ਦਾਦਾ? ਸਬਸੇ ਪਹਿਲੀ ਹੋਗੀ ਗਦਰ ਕੀ ਤਾਰੀਖ ਨਿਸ਼ਚਿਤ ਕਰਨਾ, ਦੂਸਰੀ ਹੋਗੀ ਮਿਲਟਰੀ ਸਟੇਸ਼ਨੋਂ ਕੇ ਉੱਪਰ ਜਾ ਕਰ ਫੌਜੀਓਂ ਕੋ ਗਦਰ ਮੇਂ ਸ਼ਾਮਿਲ ਕਰਨਾ, ਤੀਸਰੀ ਹੋਗੀ ਔਰ ਵੋ ਹੋਗੀ ਸਬਸੇ ਇੰਪੋਰਟੈਂਟ, ਵੋ ਹੋਗਾ ਅਸਲਾ ਬਾਰੂਦ ਔਰ ਹਥਿਆਰ, ਔਰ ਵੋ ਹਮੇਂ ਚਾਹੀਏ ਕਿਸੀ ਵੀ ਕੀਮਤ ਪਰ। ਦਾਦਾ, ਅਸਲਾ ਅਸਲਾ ਤੇ ਨਾ ਦੇ ਬਰਾਬਰ ਹੈ, ਜੋ ਅਸੀਂ ਵਿਦੇਸ਼ਾਂ ਵਿੱਚੋਂ ਲੈ ਕੇ ਆਏ ਸੀ ਉਹ ਤਾਂ ਆਪਾਂ ਤਲਾਸ਼ੀ ਦੇ ਡਰ ਤੋਂ ਸਮੁੰਦਰ ਵਿੱਚ ਸੁੱਟ ਦਿੱਤਾ ਤੇ ਜੋ ਰਹਿੰਦਾ ਖੁੰਦਾ ਉਹ ਆਟੇ ਵਿੱਚ ਲੂਣ ਦੇ ਬਰਾਬਰ ਹੈ।
ਦਾਦਾ ਪਸਤੌਲ ਤਾਂ ਗਿਣਤੀ ਦੇ ਨੇ ਪਰ ਅਸੀਂ ਬੰਬ ਬਣਾ ਸਕਦੇ ਹਾਂ। ਹਾਂ ਹਾਂ ਦਾਦਾ ਮੈਂ ਵੀ ਜਾਣਦਾ ਹਾਂ। ਟੁੰਡੀ ਲਾਟਾ ਜਾਣਦਾ ਮੈਂ ਤੈਨੂੰ ਵੱਡਾ ਤੂੰ ਸਾਇੰਟਿਸਟ ਤਾਂ ਹੀ ਬੰਬ ਨਾਲ ਆਪਣੀ ਬਾਂਹ ਬਣਾ ਲਈ। ਕਿਰਪਾਲ ਸਿੰਘ ਇਹ ਬਹਿਸ ਕਰਨ ਦਾ ਸਮਾਂ ਨਹੀਂ ਹੈਗਾ। ਦਾਦਾ ਤੁਸੀਂ ਫਿਕਰ ਨਾ ਕਰੋ, ਹਥਿਆਰ ਪਸਤੌਲ ਤੇ ਬੰਬ ਸਭ ਕੁਝ ਅਸੀਂ ਪ੍ਰੋਵਾਈਡ ਕਰ ਦੇਵਾਂਗੇ, ਤੁਸੀਂ ਫਿਕਰ ਨਹੀਂ ਕਰਨੀ। ਬੰਬ ਕਿਆ ਹਵਾ ਮੇ ਬਣ ਜਾਤੇ ਹੈ, ਉਸਕੇ ਲਿਏ ਪੈਸਾ ਚਾਹੀਏ ਪੈਸਾ। ਮਾਫ ਕਰਨਾ ਦਾਦਾ ਜੀ, ਪੈਸੇ ਕੇ ਲਿਏ ਹਮ ਆਪਣੇ ਗਹਿਣੇ ਵੇਚ ਦੇਂਗੇ, ਵੈਸੇ ਵੀ ਸਾਡਾ। ਕਿਰਪੀ ਮੈਮ, ਪਰ ਮੈਂ ਆਪਸੇ ਵਾਕਿਫ ਨਹੀਂ ਹੂੰ ਅਭੀ। ਦਾਦਾ ਇਹ ਗੁਲਾਬ ਕੌਰ ਨੇ ਇਹ ਬੜੀ ਪਾਕਨੀਅਤ ਨਾਲ ਸਾਡੀ ਪਾਰਟੀ ਵਿੱਚ ਸ਼ਰੀਕ ਹੋਣ ਆਏ ਨੇ, ਇਹਨਾਂ ਦਾ ਇਹ ਸਾਡੇ ਲਈ ਬਹੁਤ ਵਧੀਆ ਕੰਮ ਕਰ ਸਕਦੇ ਨੇ, ਇਹ ਸਾਡਾ ਹਥਿਆਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਬੜੀ ਹੀ ਵਧੀਆ ਤਰੀਕੇ ਨਾਲ ਪਹੁੰਚਾ ਸਕਦੇ ਨੇ, ਉਹ ਵੀ ਗੁਪਤ ਨਾਲ। ਮੈਂ ਆਪਕੇ ਜਜ਼ਬੇ ਕੋ ਸਲਾਮ ਕਰਤਾ ਹੂੰ, ਮਹਿਲਾਓਂ ਕਾ ਐਸਾ ਜੋਸ਼ ਹਮਾਰੇ ਲਈ ਕਦਰ ਮੇਂ ਔਰ ਵੀ ਕਾਮਯਾਬੀ ਕਾ ਸਰੋਤ ਬਨੇਗਾ, ਪਰੰਤੂ ਬੰਗਾਲ ਮੇਂ ਮੈਨੇ ਔਰਤੋਂ ਕੋ ਸੁਸਾਈਡ ਬੰਬਰ ਬਨ ਕੇ ਤਿਆਰ ਦੇਖਾ ਹੈ, ਇਸੀ ਕ੍ਰਾਂਤੀ ਕੈਂਪ ਕੋ ਪੰਜਾਬ ਮੇਂ ਦੇਖੇ ਮੁਝੇ ਬਹੁਤ ਅੱਛਾ ਲਗਾ। ਦਾਦਾ ਅਗਰ ਬੰਬ ਕੀ ਇੱਕ ਫੈਕਟਰੀ ਯਹਾਂ ਪੇ ਵੀ ਲਗਾ ਦੇਤੇ। ਕੈਸੀ ਬਾਤ ਕਰ ਰਹੇ ਹੋ ਸੁਨਿਆਨ, ਬੰਬ ਕੀ ਫੈਕਟਰੀ ਲਗਾਨਾ ਆਸਾਨ ਕਾਮ ਥੋੜੀ ਹੈ, ਉਸਕੇ ਲਈ ਚਾਹੀਏ ਪੈਸਾ ਔਰ ਵੋ ਤੋ ਹਮਾਰੇ ਪਾਸ ਨਾ ਕੇ ਬਰਾਬਰ ਹੈ। ਪਰ ਸੁਨੋ ਸ਼ਰਾਬਾ, ਅਗਰ ਕੋਈ ਚਾਰਾ ਨਹੀਂ ਬਚਤਾ ਤੋ ਮੇਰੇ ਸਿਰ ਕੇ ਉੱਪਰ 7,500 ਰੁਪਏ ਕਾ ਇਨਾਮ ਹੈ, ਤੋ ਮੁਝੇ ਗ੍ਰਿਫਤਾਰ ਕਰਵਾ ਦੋ ਔਰ ਉਸ ਪੈਸੋ ਸੇ ਬਨਾਓ ਬੰਬ ਕੀ ਫੈਕਟਰੀ। ਯੇ ਕਿਆ ਬਾਤ ਕਰ ਰਹੇ ਹੋ ਦਾਦਾ, ਤੁਹਾਨੂੰ ਗ੍ਰਿਫਤਾਰ ਕਰੋ ਤੋ ਚੰਗਾ ਅਸੀਂ ਡਰ ਕੇ ਮਾਰ ਲਈਏ। ਤੋ ਕਿਆ ਕਰੇ ਔਰ ਹਮਾਰੇ ਪਾਸ ਕੋਈ ਚਾਰਾ ਵੀ ਤੋ ਨਹੀਂ ਹੈ। ਤਾਂ ਦਾਦਾ ਤੁਸੀਂ ਡਾਕਾ ਮਾਰਨ ਦੀ ਇਜਾਜ਼ਤ ਦੋਗੇ ਸਾਨੂੰ? ਤੋ ਜਾਓ ਮਾਰੋ ਡਾਕਾ, ਮੁਝੇ ਪੈਸਾ ਚਾਹੀਏ ਉਹ ਵੀ ਕਿਸੇ ਵੀ ਕੀਮਤ ਪਰ। ਤਾਂ ਦਾਦਾ ਤੁਸੀਂ ਬੇਫਿਕਰ ਹੋ ਜਾਓ, ਅਸੀਂ 2 ਦਿਨਾਂ ਦੇ ਵਿੱਚ ਸੋਨੇ ਚਾਂਦੀ ਦੇ ਢੇਰ ਲਾ ਦੇਵਾਂਗੇ। ਸ਼ਾਬਾਸ਼, ਅਗਰ ਐਸਾ ਹੀ ਜੋਸ਼ ਰਹਾ ਤੋ ਗਦਰ ਦੀ ਕਾਮਯਾਬੀ ਹਮਾਰੇ ਲਈ ਨਿਸ਼ਚਿਤ ਹੈ। ਦਾਦਾ ਹੁਣ ਫਿਰ ਗਦਰ ਕਿਸ ਦਿਨ ਕਰੀਏ? ਕਾਮ ਕੇ ਬਾਅਦ ਅਭੀ ਹਮੇ ਗਦਰ ਦੀ ਤਾਰੀਖ ਨਿਸ਼ਚਿਤ ਕਰਨੀ ਹੋਗੀ। ਦਾਦਾ ਨਿਸ਼ਚਿਤ ਵੀ ਤੇ ਕਰਨੀ ਹੈ ਤਾਰੀਖ। ਗਦਰ ਦੀ ਤਾਰੀਖ ਹੋਗੀ 21 ਫਰਵਰੀ। ਕੀ ਕਿਹਾ ਦਾਦਾ, 21 ਫਰਵਰੀ? ਜੀ ਹਾਂ 21 ਫਰਵਰੀ, ਉਹ ਵੀ ਰਾਤ ਕੇ 12 ਵਜੇ, ਔਰ ਹਮਾਰਾ ਸਭ ਪਹਿਲਾ ਟਾਰਗੇਟ ਹੋਗਾ ਮਿਲਟਰੀ ਸਟੇਸ਼ਨ, ਜਹਾਂ ਸੇ ਹਮ ਫੌਜੀਓਂ ਕੋ ਗਦਰ ਮੇਂ ਸ਼ਾਮਿਲ ਕਰੇਂਗੇ, ਔਰ ਦੂਸਰਾ ਰੇਲਵੇ ਲਾਈਨੋਂ ਕੋ ਉਖਾੜ ਦਿਆ ਜਾਏ ਤਾਂ ਕਿ ਅੰਗਰੇਜ਼ੀ ਸਰਕਾਰ ਕੋਈ ਵੀ ਸੰਦੇਸ਼ ਨਾ ਭੇਜ ਸਕੇ, ਔਰ ਤੀਸਰਾ ਕੋਈ ਵੀ ਲੋਕ ਅੰਗਰੇਜ਼ੋਂ ਕੇ ਉੱਪਰ ਦਰਿਆਦਿਲੀ ਨਹੀਂ ਦਿਖਾਏਗਾ। ਕੋਈ ਆਜ ਤੱਕ ਵੋ ਹਮਾਰੇ ਦੇਸ਼ ਕੇ ਉੱਪਰ ਰਾਜ ਕਰਤੇ ਆਏ ਹੈ, ਪਰ ਯੇ ਹਮਾਰਾ ਕਾਮ ਹੈ, ਅਬ ਏਕ ਹੀ ਕਾਮ ਹੋਗਾ, ਵੋ ਹੋਗਾ ਗਦਰ, ਔਰ ਸਿਰਫ ਗਦਰ। ਸਾਥੀਓ, ਗਦਰ ਦੀ ਤਰੀਕ ਨਿਸ਼ਚਿਤ ਹੋ ਚੁੱਕੀ ਹੈ, ਹੁਣ ਇਹ ਗੱਲ ਆ ਸਾਡੀ, ਜਿਹੜੀ ਵੀ ਜਿੰਨੀਆਂ ਵੀ ਸਾਡੀਆਂ ਕੁਰਬਾਨੀਆਂ ਨੇ ਇਹੀ ਗਦਰ ਨੂੰ ਕਾਮਯਾਬ ਬਣਾਉਣਗੀਆਂ। ਸੋ ਇੱਕ ਗੱਲ ਬਹੁਤ ਜ਼ਰੂਰੀ, ਸਾਡੀ ਜਿਹੜੇ ਸਾਡੀ ਕੋਈ ਵੀ ਖਬਰ ਬਾਹਰ ਤੱਕ ਨਹੀਂ ਜਾਣੀ ਚਾਹੀਦੀ, ਪਰ ਹੁਣ ਉਹ ਸਮਾਂ ਆ ਚੁੱਕਾ ਹੈ ਜਦੋਂ ਸਾਡੀ ਆਵਾਜ਼ ਅੰਗਰੇਜ਼ਾਂ ਦੇ ਕੰਨਾਂ ਵਿੱਚ ਹੁੰਦੀ ਹੋਈ ਲੰਡਨ ਤੱਕ ਪਹੁੰਚੇਗੀ। ਸੋ ਠੀਕ, ਅਸੀਂ ਹੁਣ ਪੂਰੀ ਤਰ੍ਹਾਂ ਤਿਆਰ ਹਾਂ। ਹਾਂਜੀ ਤਿਆਰ ਹੋ, ਤਿਆਰ ਹਾਂ। ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ। ਮਾਰ ਲਈਏ ਵੈਰੀ ਮਰ ਜਾਈ ਆਪਣਾ ਕੜਾਣਾ ਇਹਨਾਂ ਦਾ ਕਤਲ, ਸਭ ਨੂੰ ਫਾਂਸੀ ਨਾ ਚੜਾਇਆ ਤਾਂ ਮੈਨੂੰ ਵੀ ਕਿਰਪਾਲ ਕਿੰਨੇ ਜਾਣਿਆ। ਮਾਰ ਲਈਏ ਵੈਰੀ ਮਰ ਜਾਈ ਆਪ ਜਾਂ, ਮਾਰ ਲਈਏ ਵੈਰੀ ਮਰ ਜਾਈ ਆਪ ਜਾਂ, ਕਰ ਤਾਂ ਗਰੀਬੀ ਮਿਟ ਜਾਏ ਤਾਂ ਜਾਂ। ਪਾਲ ਲਈਏ ਸ਼ਹੀਦੀ ਵੀ ਸਿਰ ਸ਼ੇਰ ਸੱਜ ਕੇ, ਬੜੀ ਸਿਰ ਸ਼ੇਰਾਂ ਦੀ ਕਿ ਜਾਣਾ ਭੱਜ ਕੇ, ਬੜੀ ਸਿਰ ਸ਼ੇਰਾਂ ਦੀ ਕਿ ਜਾਣਾ ਭੱਜ ਕੇ। ਕੁਝ ਐਸਾ ਵੀ ਮਰਨ ਮਰਨ ਵਾਲਾ ਜਜ਼ਬਾ ਸੀ ਸਰਾਬੇ ਜਜ਼ੀਰੇ ਵਿੱਚ, ਜਿਹੜਾ ਸ਼ੁਰੂ ਤੋਂ ਹੀ ਲਾੜੀ ਮੌਤ ਵਿਆਹਣ ਦੇ ਸੁਪਨੇ ਨਾਲ ਸਾਡੀ ਗਦਰ ਪਾਰਟੀ ਵਿੱਚ ਸ਼ਾਮਿਲ ਹੋਇਆ ਸੀ, ਉਸ ਨੂੰ ਭਲਾ ਕਿਸ ਦਾ ਡਰ ਸੀ? ਸਰਾਬਾ ਵੀ ਜਾਣਦਾ ਸੀ ਸੀਨੀਅਰ ਲੀਡਰਾਂ ਦੀ ਨਾ ਮੌਜੂਦਗੀ ਵਿੱਚ ਸਾਰੀ ਕਮਾਂਡ ਉਸ ਨੂੰ ਸੰਭਾਲਣੀ ਪੈਣੀ ਸੀ। ਇਸੇ ਲਈ ਮੀਟਿੰਗ ਦੇ ਕੁਝ ਘੰਟਿਆਂ ਅੰਦਰ ਉਹ ਸਾਥੀਆਂ ਸਮੇਤ ਅਸਲਾ ਤੇ ਪੈਸਿਆਂ ਦੀ ਭਾਲ ਲਈ ਸਰਕਾਰੀ ਖਜ਼ਾਨਿਆਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਗਿਆ। ਅਗਲੇ 2-4 ਦਿਨਾਂ 'ਚ ਉਸਦੀ ਹੀ ਲੜਕਾ ਰੰਗ ਲਿਆਈ, ਗਦਰੀਆਂ ਨੂੰ ਬਣਾਏ ਪਲਾਨ ਅਨੁਸਾਰ ਕਾਮਯਾਬੀ ਮਿਲਦੀ, ਪਰ ਗਦਰ ਨੂੰ ਮਿਤੀ ਵਾਲੀ ਰਾਤ ਸਭ ਤੋਂ ਪਹਿਲਾਂ ਫੌਜੀਆਂ ਨੂੰ ਆਪਣੇ ਨਾਲ ਰਲਾਉਣਾ ਕੰਮ ਸਭ ਤੋਂ ਜ਼ਰੂਰੀ ਸੀ। ਇਸੇ ਮਕਸਦ ਨਾਲ ਤੈਅ ਰੈਜੀਮੈਂਟ ਵਿੱਚ ਪਹਿਲਾਂ ਹੀ ਆਪਣੇ ਵੱਲ ਕੀਤੇ ਹਮਦਰਦ ਫੌਜੀਆਂ ਦੀ ਸਹਾਇਤਾ ਨਾਲ ਉਹ ਫੌਜੀਆਂ ਨੂੰ ਭੜਕਾਉਣ ਵਿੱਚ ਸ਼ਾਮਿਲ ਹੋਇਆ। ਹਾਲੇ ਗਦਰ ਲਈ ਹੋਰ ਵੀ ਕੰਮ ਕਰਨੇ ਬਾਕੀ ਸੀ, ਇਸੇ ਹੀ ਇਰਾਦੇ ਨਾਲ ਕਰਤਾਰ ਸਿੰਘ ਆਪਣੇ ਯਤਨਾਂ ਵਿੱਚ ਲੱਗਿਆ ਹੋਇਆ ਸੀ। ਇਸੇ ਦੌਰਾਨ ਉਹ ਹੋਇਆ ਜਿਸ ਨੂੰ ਉਸਦੀ ਬਿੜਕ ਵੀ ਨਹੀਂ ਸੀ। ਮਿਸਟਰ ਬਾਈ, ਯੈਸ ਯੈਸ ਕਿਰਪਾਲ ਸਿੰਘ, ਮੈਂ ਤੁਹਾਡੇ ਲਈ ਬਹੁਤ ਜ਼ਰੂਰੀ ਖਬਰ ਲਿਆ। ਹਾਂ, ਵਟ ਨਿਊਜ਼? ਗਦਰ ਦੀ ਸ਼ੁਰੂਆਤ ਹੋ ਚੁੱਕੀ ਆ,
ਕਰਤਾਰ ਸਿੰਘ ਤੇ ਉਸਦੇ ਸਾਥੀਆਂ ਨੇ ਫੌਜੀਆਂ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਉਹਨਾਂ ਨੇ ਡਾਕੇ ਮਾਰਨੇ ਤੇ ਛਾਉਣੀਆਂ ਲੁੱਟਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਰਾਤ ਉਹਨਾਂ ਦਾ ਲਾਹੌਰ ਵਿੱਚ ਇੱਕ ਛਾਉਣੀ ਲੁੱਟਣ ਦਾ ਪਲਾਨ ਹੈ। ਓਏ ਸੀ, ਤੁਹਾਨੂੰ ਪਤਾ ਹੈ ਕਿਰਪਾਲ ਸਿੰਘ? ਜੀ ਸਰ, ਮੈਨੂੰ ਸਭ ਪਤਾ ਹੈ। ਚਲੋ ਲੈ ਚਲੋ ਚਲੋ ਮਿਸਟਰ ਵਾਈ ਬੋਲ ਰਹੇ ਕਰਤਾਰ ਸਿੰਘ ਰਸਤੇ ਸਾਥੀ ਰੈਸਟਿੰਗ ਗਿਰਫਤਾਰ ਕਰ ਲਿਆ ਗਿਆ ਤੇ ਉਸਦੀ ਰਚਿਤ ਕਿਤਾਬ ਹਿਸਟਰੀ ਆਫ ਇੰਡੀਆ ਜ਼ਬਤ ਕਰ ਲਈ ਗਈ। ਰਾਜ ਬਿਹਾਰੀ ਬੋਸ ਬਨਾਰਸ ਵੱਲ ਭੱਜਣ ਵਿੱਚ ਕਾਮਯਾਬ ਰਿਹਾ, ਜਿਸ ਦੀ ਗ੍ਰਿਫਤਾਰੀ ਲਈ 7,000 ਦਾ ਇਨਾਮ ਸੀ। ਸਰਕਾਰ ਨੇ ਵਧਾ ਕੇ 15,000 ਕਰ ਦਿੱਤਾ। ਕਿਤੇ ਜੇਲਰ ਨਾ ਜੇ ਖਬਰਾਂ ਦਾ ਹੋਰ ਵੀ ਨੇ ਅੱਗੇ ਪੜ੍ਹਾਂ। 1,000 ਦੇ ਲਗਭਗ ਗੱਦੀਏ ਪੜੇ ਜਾ ਚੁੱਕੇ ਨੇ, ਕਈ ਮੁਲਜ਼ਮ ਵਾਅਦਾ ਮੁਆਫ ਕਰ ਚੁੱਕੇ ਨੇ। ਬਾਗਿਆਂ ਨੂੰ ਗ੍ਰਿਫਤਾਰ ਕਰਾਉਣ ਵਿੱਚ ਪਿੰਡਾਂ ਦੇ ਨੰਬਰਦਾਰ ਜ਼ਿਆਦਾਤਰ ਆਰਮੀ ਪੁਲਿਸ ਦੀ ਬਹੁਤ ਮਦਦ ਕਰ ਰਹੇ ਹਨ। ਗਦਰ ਪਾਰਟੀ ਦੇ ਵਜੂਦ ਨੂੰ ਸਮੁੱਚੇ ਤੌਰ ਤੇ ਨਸ਼ਟ ਕਰ ਦਿੱਤਾ ਗਿਆ ਹੈ। ਲੱਗਦਾ ਕੋਈ ਆ ਰਿਹਾ। ਸਰਾਭਾ ਹਲੇ ਭਾਈ ਪਰਮਾਨੰਦ ਦੀਆਂ ਗੱਲਾਂ ਅਤੇ ਨਸੀਹਤਾਂ ਨੂੰ ਸਮਝ ਹੀ ਰਿਹਾ ਸੀ ਕਿ ਉਹ ਸਮਾਂ ਆ ਗਿਆ ਜਿਸ ਕੰਮ ਲਈ ਉਹ ਗਦਰ ਵਿੱਚ ਸ਼ਾਮਿਲ ਹੋਇਆ ਸੀ। ਸਾਡੀ ਕੋਈ ਠੀਕ ਨਹੀਂ ਸੀ ਸਾਡੀ ਚੱਲ ਰਿਹਾ ਕੰਮ ਜਾਂ ਕੰਮ ਹੁਕਮ ਵਾਰ ਕਹਿ ਰਹੇ ਤੁਸੀਂ ਗੱਲ ਕਰਦੇ ਹੋ
ਬੱਬਰ ਸ਼ੇਰ ਦਾ ਸ਼ਿਕਾਰ ਕਰਨ ਲਈ ਕਾਨੇ ਨਾਲ ਤੀਰ ਮਾਰ ਲੈ ਕੇ ਜਾਣਾ ਤੁਹਾਡੀ ਮੁਕੰਮਲ ਤਿਆਰੀ ਸੀ। ਭਾਈ ਸਾਹਿਬ ਹਥਿਆਰ ਸਾਡੇ ਕੋਲ ਬਹੁਤ ਸੀ ਪਰ ਕੁਝ ਸਾਨੂੰ ਸਮੁੰਦਰ ਵਿੱਚ ਸੁੱਟਣੇ ਪੈ ਗਏ ਤੇ ਕੁਝ ਅੰਗਰੇਜ਼ਾਂ ਦੇ ਧੱਕੇ ਚੜ ਗਏ। ਸਰਾਬਿਆ ਹਥਿਆਰ ਦੀ ਤਾਂ ਗੱਲ ਹੀ ਛੱਡ, ਜਿਹੜੀ ਬਾਹਰੋਂ ਮੰਦਰ ਲਾਣੀ ਸੀ ਉਹ ਕਿੱਥੇ ਆ ਤੇ ਜਿਹੜੇ ਆਪਣੇ ਨਾਲ ਸਿਪਾਹੀ ਲਾਣੇ ਸੀ ਉਹ ਕਿੱਥੇ ਰਲੇ। ਭਾਈ ਸਾਹਿਬ ਸੋਚੇ ਅਨੁਸਾਰ ਸਭ ਕੁਝ ਸਹੀ ਚੱਲਣ ਡਿਆ ਸੀ ਪਰ ਕਿਰਪਾਲੇ ਵਰਗੇ ਝੋਲੀ ਚੁੱਕਾ ਕਰਕੇ ਸਾਡੇ ਸਾਰਾ ਕੁਝ ਖਰਾਬ ਹੋ ਗਿਆ। ਮੈਂ ਤੇ ਸਰਾਬਿਆ ਫਿਰ ਤੂੰ ਕਹੇਂਗਾ ਭਾਈ ਸਾਹਿਬ ਤਾਂ ਮੇਰੀ ਨਿਰਾਸ਼ਾ ਢਾਈ ਜਾਂਦੇ ਨੇ। ਨਹੀਂ ਨਹੀਂ ਭਾਈ ਸਾਹਿਬ ਦੱਸੋ ਗੱਲ ਕਰੋ। ਸੁਣ ਸਰਾਬਿਆ, ਪਹਿਲਾਂ ਤਾਂ ਤੁਸੀਂ ਕਿਹਾ ਸੀ ਕਿ ਦੇਸ਼ ਵਿੱਚ ਆ ਕੇ ਗਦਰ ਕਰਾਉਣਾ ਅੰਗਰੇਜ਼ੀ ਹਕੂਮਤ ਖਿਲਾਫ, ਅੰਗਰੇਜ਼ੀ ਹਕੂਮਤ ਜਿਹਨਾਂ ਖਿਲਾਫ ਗਦਰ ਕਰਾਉਣਾ ਕੋਈ ਬੱਚਿਆਂ ਦੀ ਖੇਡ ਨਹੀਂ। ਇਹਦੀ ਤਿਆਰੀ ਇੰਨੀ ਕੁ ਬਰੀਕ ਤੇ ਚੰਗੀ ਤਰ੍ਹਾਂ ਹੋਣੀ ਚਾਹੀਦੀ ਕਿਸੇ ਨੂੰ ਕੰਨੋਂ ਕਦੀ ਖ਼ਬਰ ਨਾ ਹੁੰਦੀ। ਫਿਰ ਹੋਇਆ ਕਿ ਤੁਸੀਂ ਢੋਲ ਨਗਾਰੇ ਵਜਾਉਂਦੇ ਆ ਗਏ ਕਿ ਗਦਰ ਕਰਾਉਣਾ ਗਦਰ ਕਰਾਉਣਾ, ਜਹਾਜ ਉਤਰ ਕੇ ਅੱਧੇ ਇਨਕਲਾਬੀ ਨੂੰ ਤਾਂ ਜੇਲ੍ਹ ਵਿੱਚ ਚੱਕ ਦਿੱਤਾ ਗਿਆ ਅਤੇ ਬਾਕੀਆਂ ਵਿੱਚ ਸੀ ਆਈ ਡੀ ਲਾ ਦਿੱਤੀ ਗਈ। ਫਿਰ ਕਾਮਯਾਬ ਕਿਵੇਂ ਹੋ ਸਕਦੀ ਸੀ? ਕਾਮਯਾਬੀ ਕਿੱਥੋਂ ਮਿਲਦੀ ਸੀ? ਤੁਸੀਂ ਤਾਂ ਜੰਗ ਨੀਤੀ ਦੇ ਨੇੜੇ ਵੀ ਨਹੀਂ ਪੜ ਗਏ। ਜੰਗ ਨੀਤੀ? ਭਾਰਤੀ ਸੰਸਕ੍ਰਿਤੀ ਵਿੱਚ ਜੰਗ ਨੀਤੀ ਦੇ ਚਾਰ ਮੁੱਖ ਅਸੂਲ ਹਨ, ਸਾਮ, ਦਾਮ, ਦੰਡ ਅਤੇ ਭੇਦ। ਪਹਿਲੇ ਦਾ ਅਰਥ ਦੁਸ਼ਮਣ ਮੁਕਾਬਲੇ ਸਾਵੇਂ ਕਰਨਾ, ਦੂਜੇ ਦਾ ਅਰਥ ਆਰਥਿਕ ਤੌਰ 'ਤੇ ਮਜ਼ਬੂਤੀ, ਤੀਜੇ ਦਾ ਅਰਥ ਮੈਦਾਨੀ ਜੰਗ ਵਿੱਚ ਹਥਿਆਰਾਂ ਦੀ ਤਾਕਤ, ਅਤੇ ਚੌਥੇ ਦਾ ਅਰਥ ਸਭ ਤੋਂ ਮੁੱਖ ਜਿਹੜਾ ਸਭ ਤੋਂ ਵੱਧ ਮਹੱਤਵ ਆ, ਭੇਦ। ਤੁਹਾਡੇ ਤਾਂ ਆਪਣੇ ਕਿਰਪਾਲ ਸਿੰਘ ਵਰਗੇ ਦੁਸ਼ਮਣਾਂ ਦੇ ਮੁਕਬਰ ਬਣੇ ਹੋਏ ਸੀ। ਬਸ ਇਸੇ ਗੱਲ ਦਾ ਤਾਂ ਹੀ ਰੱਖਿਆ ਭਾਈ ਸਾਹਿਬ ਕਿ ਅਸੀਂ ਸਭ ਤੋਂ ਪਹਿਲਾਂ ਇਹ ਝੋਲੀ ਚੁੱਕਾਂ ਨੂੰ ਖਤਮ ਨਹੀਂ ਕਰ ਸਕੇ, ਜੇ ਇਹਨਾਂ ਦਾ ਨਾਸ ਕੀਤਾ ਹੁੰਦਾ ਤਾਂ ਅਸੀਂ ਕਾਮਯਾਬ ਹੋ ਸਕਦੇ ਸੀ। ਬਾਤਾਂ ਬੜੀਆਂ ਲੰਬੀਆਂ ਨੇ ਕਰਤਾਰਿਆ, ਮੈਂ ਤੇਰੇ ਜਜ਼ਬੇ ਨੂੰ ਸਲਾਮ ਕਰਦਾ ਹਾਂ। ਏਸ਼ੀਆ ਦੇ ਇਤਿਹਾਸ ਵਿੱਚ ਐਸਾ ਕੁਰਬਾਨੀ ਦਾ ਜਜ਼ਬਾ ਅੱਜ ਤੱਕ ਨਹੀਂ ਮਿਲਦਾ। ਜਲਦੀ ਕਰੋ, ਮੁਲਾਕਾਤ ਦਾ ਸਮਾਂ ਖਤਮ ਹੋ ਰਿਹਾ ਹੈ। ਦੇਖ ਸਰਾਬਿਆ, ਮੇਰਾ ਰੱਬ ਵੀ ਤੁਹਾਡੇ ਤੋਂ ਵੱਖ ਨਹੀਂ ਸੀ, ਪਰ ਮੇਰੇ ਖਿਆਲ ਵਿੱਚ ਗਦਰ ਵਰਗੀ ਮੁਹਿੰਮਾਂ ਦਾ ਫੇਲ ਹੋਣ ਦਾ ਕਾਰਨ ਇਹ ਹੈ ਕਿ ਜਿਹੜੇ ਇਨਕਲਾਬੀ ਆ ਇਹਨਾਂ ਨੂੰ ਇੱਕ ਦੂਸਰੇ 'ਤੇ ਵਿਸ਼ਵਾਸ ਨਹੀਂ ਹੈ। ਕੁਛ ਨਹੀਂ ਪਤਾ ਕਦੋਂ ਕੋਈ ਇਨਕਲਾਬੀ ਕੋਈ ਐਸੀ ਹਰਕਤ ਕਰਦੇ ਜਿੱਦਾਂ ਸਾਡੇ ਚੱਕਾ ਉੱਡ ਜਾਵੇ। ਆਪਣੀ ਘਰ ਦੀ ਗੱਲ ਲੈ ਲਓ, ਤੁਹਾਡੇ ਆਪਣੇ ਕਿਰਪਾਲ ਵਰਗੇ ਹੀ ਅੰਗਰੇਜ਼ਾਂ ਦੇ ਮੁਖਬੜੀ ਬਣੇ ਅਤੇ ਨਾਲ ਹੀ ਮੂਲਾ ਸਿੰਘ ਅਤੇ ਨਵਾਬਖਾਂ ਵਰਗੇ ਵੀ ਜਿਨ੍ਹਾਂ ਦੀਆਂ ਗਵਾਹੀਆਂ ਨੇ ਸਾਡਾ ਆਪਣਾ ਹੀ ਮੁਕੱਦਮਾ ਸਾਡੇ ਸਿਰ ਪਾ ਦਿੱਤਾ। ਖੈਰ ਗਦਾਰ ਤਾਂ ਜਾਂਦੇ ਹੀ ਰਹਿਣਗੇ, ਪਰ ਇਹ ਜੰਗ ਕਿਹੜੀ ਚੀਜ਼ ਦਿੱਤੀ ਜਾ ਸਕਦੀ ਹੈ ਜਿਹਨੂੰ ਆਪਾਂ ਬਿਨਾਂ ਇਸ ਲੜਾਈ ਦੇ ਪੁਖਤੋਂ ਲੜੀਏ। ਭਾਈ ਸਾਹਿਬ ਫਿਰ ਤੁਸੀਂ ਇਹਦਾ ਮਤਲਬ ਤਾਂ ਇਹੀ ਹੋਇਆ ਨਾ ਕਿ ਤੁਸੀਂ ਗਾਂਧੀ ਜੀ ਵਾਲਾ ਸ਼ਾਂਤਮਈ ਮੰਦਰ ਹੀ ਪੜ੍ਹਾਉਣ ਆਏ ਹੋ? ਹਾਂ ਸਰ, ਜਾਣਦੇ ਪਹਿਲਾਂ ਮੈਨੂੰ ਇਹ ਗੱਲ ਦੱਸ, ਮੇਰੇ ਵਿਚਾਰ ਨਾਲ ਤੇਰੇ 'ਤੇ ਕੋਈ ਅਸਰ ਹੋਇਆ? ਅਸਰ ਅਸਰ ਦੀ ਗੱਲ ਕਰਦੇ ਹੋ, ਅਸਰ ਤਾਂ ਇੰਨਾ ਕੁ ਹੋਇਆ ਜੇ ਕਿ ਮੈਂ ਆਪਣੇ ਇਰਾਦੇ ਬਦਲ ਚੁੱਕਾ। ਬਦਲ ਦਿੱਤਾ ਹੈ? ਉਹ ਕਿਵੇਂ? ਭਾਈ ਸਾਹਿਬ ਪਹਿਲਾਂ ਮੈਂ ਸੋਚਦਾ ਸੀ ਕਿ ਅਗਲੇ ਜਨਮ ਵਿੱਚ ਅੰਗਰੇਜ਼ਾਂ ਨੂੰ ਖਤਮ ਕਰਨ 'ਤੇ ਜ਼ੋਰ ਲਾ ਦਾਂਗਾ ਪੂਰਾ, ਪਰ ਹੁਣ ਮੈਂ ਸੋਚਿਆ ਕਿ ਅਗਲੇ ਜਨਮ ਵਿੱਚ ਅੰਗਰੇਜ਼ਾਂ ਨੂੰ ਖਤਮ ਕਰਨ 'ਤੇ ਤਾਂ ਜ਼ੋਰ ਲਾਉਣਾ ਹੀ ਆ, ਪਰ ਸਭ ਤੋਂ ਪਹਿਲਾਂ ਝੋਲੀ ਚੁੱਕਾਂ ਦਾ ਨਾਸ ਕਰਾਂਗਾ। ਇਹਦੇ ਲਈ ਭਾਵੇਂ ਮੈਨੂੰ 10,000 ਜਨਮ ਦੁਬਾਰਾ। ਬਈ ਅੰਗਰੇਜ਼ਾਂ ਤੇਰੇ ਰਾਜੇ ਨੂੰ ਬਦਲਣ 'ਤੇ ਸੌਖਾ ਸੀ? ਮੰਗਤੀ ਬਣ ਕੇ ਜੇ ਤਾਂ ਪ੍ਰੇਮ